بسم اللہ الرحمن الرحیم السلام علیکم ਅਸੀਂ ਬੋਲਣ ਦੇ ਆ ਨੂਰੀ ਦੇ ਕਿਚਨ ਚੋਂ ਅਸੀਂ ਅੱਜ ਤੁਹਾਡੇ ਨਾਲ ਰੈਸਪੀ ਲੱਗੇ ਆ ਸ਼ੇਅਰ ਕਰਨ ਚਿਕਨ ਪਲਾਉ ਦੀ ਤੇ ਸਾਡੇ ਨਾਲ ਨਾਲ ਰਹਿਣਾ ਵੀਡੀਓ ਸਾਡੀ ਪੂਰੀ ਵੇਖਣੀ ਹੈ ਤੇ ਜਿਹਦੇ ਵਿੱਚ ਸਾਡੇ ਕੋਲ 1.5 ਕਿਲੋ ਚਿਕਨ ਨੇ ਤੇ ਸਬਜ਼ ਮਸਾਲੇ ਨੇ ਤੇ 1.5 ਕਾਲ ਸਾਡੇ ਕੋਲ ਚਾਹਵਨਾਂ ਦਾ ਸਾਰਨਾ ਪਹਿਲੂ ਚਾਵਲ ਜਿਹੜੇ ਨੇ ਅਸੀਂ ਤੁਹਾਡੇ ਸਾਹਮਣੇ ਵੇਖ ਲੈ ਸਕਦੇ ਹੋ 1.5 ਕਿਲੋ ਸਾਡੇ ਕੋਲ ਚ 1.5 ਕਾਲ ਸਾਡੇ ਕੋਲ ਚ ਚਾਵਲ ਨੇ ਇਹਨਾਂ ਤਕਰੀਬਨ 1 ਕਿਲੋ ਵਜ਼ਨ ਬਣਨਾ ਹੈ ਤੇ ਸਾਰਨਾ ਪਹਿਲੂ ਅਸੀਂ ਇਹਨਾਂ ਨੂੰ ਭਿਉਂਗੇ ਤੇ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਤੇ ਅਸੀਂ ਰੱਖਨੇ ਆ ਚਾਵਲ ਅਸੀਂ ਭਿਉਂਗੇ ਰੱਖ ਲੈਨੇ ਤੇ ਚੁੱਲੇ ਤੇ ਸਾਂ ਇੱਕ ਪੈਨ ਰੱਖ ਲਿਆ ਤੇ ਇਹਦੇ ਵਿੱਚ ਇੱਕ ਚਮਚ ਅਸੀਂ ਪਾ ਲਿਆ ਜੀਰੇ ਦਾ ਇੱਕ ਚਮਚਾ ਸਾਂ ਕਾਲੀਆਂ ਮਰਚਾਂ ਦਾ ਪਾ ਲਿਆ ਤੇ ਦੋ ਮੋਟੀਆਂ ਲਾਚੀਆਂ ਤੇ ਦੋ ਟੁਕਰੇ ਦਾਲਚੀਨੀ ਦੇ ਨੇ ਤੇ ਤਿੰਨ ਤੋਂ ਚਾਰ ਲੌਂਗ ਨੇ ਤੇ ਦੋ ਤੋਂ ਤਿੰਨ ਸਬਜ਼ ਲਾਚੀਆਂ ਨੇ ਦੋ ਤੇਜ਼ ਪਤੇ ਨੇ ਤੇ ਇੱਕ ਚਮਚ ਭਰ ਕੇ ਸੁੱਕੇ ਧਨੀਏ ਦਾ ਇੰਨਾ ਸਾਰੀਆਂ ਚੀਜ਼ਾਂ ਨੂੰ ਅਸੀਂ ਹਲਕਾ ਜਾਰ ਰੋਸਟ ਕਰ ਲੈਨੇ ਆ ਮਸਾਲਿਆਂ ਨੂੰ ਮਸਾਲੇ ਜਿਵੇਂ ਰੋਸਟ ਕਰਨ ਦੇ ਨਾਲ ਮਸਾਲਿਆਂ ਦੀ ਖੁਸ਼ਬੂ ਜਿਹੜੀ ਹੈ ਬੜੀ ਸੋਹਣੀ ਆਏਦੀ ਤੇ ਅੱਧਾ ਚਮਚਾ ਸਾਂ ਸੌਂਫ ਦਾ ਸੌਂ ਪਾਣ ਦੇ ਨਾਲ ਜਿਹੜਾ ਚਿਕਨ ਪਲਾਉ ਦਾ ਜ਼ਾਇਕਾ ਹੈ ਤੁਸੀਂ ਬਣਾ ਕੇ ਵੇਖਿਆ ਜੇ ਕਿ ਬੜਾ ਮਜ਼ੇਦਾਰ ਬੜਾ ਕਮਾਲ ਦਾ ਇਹਦਾ ਟੇਸਟ ਹੋਣਾ ਹੈ ਇਹਦਾ ਜ਼ਾਇਕਾ ਹੋਣਾ ਹੈ ਤੇ ਫ੍ਰੈਸ਼ ਮਸਾਲੇ ਜਿਹੜੇ ਨੇ ਅਸੀਂ ਜ਼ਰਾ ਕੋ ਨਾਲ ਰੋਸਟ ਕਰਾਂਦੇ ਰੋਸਟ ਕਰਕੇ ਤੇ ਫਿਰ ਅਸੀਂ ਫ੍ਰੈਸ਼ ਫ੍ਰੈਸ਼ ਜਿਹੜੇ ਨੇ ਇਹਨਾਂ ਨੂੰ ਕੁਟਾਂਦੇ ਪਹਿਲੋਂ ਦੇ ਮਸਾਲੇ ਜਿਹੜੇ ਨੇ ਪੀਸੇ ਸਾਂ ਇਸਤੇਮਾਲ ਨਹੀਂ ਕਰਨੇ ਅਸੀਂ ਫ੍ਰੈਸ਼ ਜਿਹੜੇ ਮਸਾਲੇ ਨੇ ਉਹਨਾਂ ਨੂੰ ਅਸੀਂ ਵਿੱਚ ਪਾਵਾਂਦੇ ਮਸਾਲਾ ਅਸਾਂ ਰੋਸਟ ਕਰਕੇ ਤੇ ਅਸਾਂ ਕੁੱਟ ਲਿਆ ਤੇ ਅਸੀਂ ਕੋਲ ਜਿਹੜੇ ਨੇ ਪਿਆਜ਼ ਇਹਨਾਂ ਦੀ ਕਟਿੰਗ ਕਰ ਲਈਨੇ ਆ ਸਾਰਨਾ ਪਹਿਲੂ ਸਾਡੇ ਕੋਲ 2 ਤੋਂ 3 ਪਿਆਜ਼ ਨੇ ਇਹਨਾਂ ਨੂੰ ਛਿਲਕੇ ਤੇ ਇਹਨਾਂ ਦੀ ਅਸੀਂ ਬਰੀਕ ਬਰੀਕ ਲੰਮੇ ਲੰਮੇ ਸਲਾਈਸ ਜਿਹੜੇ ਨੇ ਅਸੀਂ ਕੱਟ ਲੈਨੇ ਆ ਪਿਆਜ਼ ਹੀ ਸਾ ਕਟਿੰਗ ਕਰ ਲਈਏ ਤੇ ਚੁੱਲੇ ਦੇ ਤੇ ਸਾਰਨਾ ਪਹਿਲੂ ਆਖ ਰੱਖਨੇ ਆ 1.5 ਚਮਚ ਅਸੀਂ ਕਿਹੋ ਦਾ ਪਾਵਾਂ ਦੇ ਚਾਵਲ ਜਿਹੜੇ ਨੇ ਸਾਡੇ ਜ਼ਰਾ ਪੁਰਾਣੇ ਨੇ ਪੁਰਾਣੇ ਚਾਵਲ ਕਿਹੋ ਜਿਹੜਾ ਇਹ ਜ਼ਿਆਦਾ ਲੈਂਦੇ ਨੇ ਕਿ ਉਹ ਸੇ ਇਤਨਾ ਅਸੀਂ ਗਰਮ ਕਰਨੇ ਆ ਕਿ ਉਹ ਗਰਮ ਹੋ ਜਾਵੇ ਤੇ ਇੱਕ ਚਮਚ ਅਸੀਂ ਜ਼ੀਰੇ ਦਾ ਪਾਵਾਂ ਦੇ ਸਾਬਤ ਜ਼ੀਰੇ ਦਾ ਜ਼ੀਰਾ ਜਰਾ ਕੋ ਖੁਸ਼ਬੂ ਛੱਡ ਦਿੰਦਾ ਹੈ ਜਰਾ ਕੋ ਰੋਸਟ ਹੋ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਪਿਆਜ਼ ਹੀ ਅਸਾਂ ਕਟਿੰਗ ਕਰਕੇ ਰੱਖੀਏ ਅਸੀਂ ਪਿਆਜ਼ ਪਾ ਲੈਨੇ ਆ ਪਿਆਜ਼ ਪਾ ਕੇ ਤੇ ਪਿਆਜ਼ ਨੂੰ ਅਸੀਂ ਫਰਾਈ ਕਰਨਾ ਹੈ ਜ਼ਿਆਦਾ ਪਿਆਜ਼ ਜਿਹੜਾ ਅਸਾਂ ਕਾਲਾ ਨਹੀਂ ਕਰਨਾ ਜ਼ਿਆਦਾ ਅਸਾਂ ਜਲਾਉਣਾ ਨਹੀਂ ਪਿਆਜ਼ ਨੂੰ ਬਸ ਅਸਾਂ ਪਿੰਕ ਪਿੰਕ ਕਰਨਾ ਹੈ ਤਾਂ 3 ਤੋਂ 4 ਮਿੰਟ ਲੱਗਣਦੇ 3 ਤੋਂ 4 ਮਿੰਟ ਦੇ ਵਿੱਚ ਵਿੱਚ ਪਿਆਜ਼ ਜਿਹੜਾ ਹੈ ਵੇਖ ਸਕਦੇ ਹੋ ਕਲਰ ਜਿਹੜਾ ਹੈ ਇਹਦਾ ਚੇਂਜ ਹੋ ਗਿਆ ਹੈ ਫਰਾਈ ਹੋਣ ਦੇ ਆਵੇ ਤਾਂ ਸਾਨੂੰ ਇਹ ਪਿਆਜ਼ ਫਰਾਈ ਕਰਨਾ ਹੈ ਜ਼ਿਆਦਾ ਫਰਾਈ ਨਹੀਂ ਕਰਨਾ ਤੇ ਚਿਕਨ ਜਿਹੜਾ ਹੈ ਅਸੀਂ ਵਿੱਚ ਪਾ ਦਿੰਨੇ ਆ ਚਿਕਨ ਵਿੱਚ ਪਾ ਕੇ ਤੇ ਇਹਦੀ ਸਹੀ ਤਰ੍ਹਾਂ ਸਬ ਬਣਾਈ ਕਰਨੀ ਹੈ ਤਕਰੀਬਨ 8 ਤੋਂ 10 ਮਿੰਟ ਸਾਨੂੰ ਚਿਕਨ ਨੂੰ ਭੁੰਨਾ ਹੈ ਕਿ ਚਿਕਨ ਦੀ ਜਿਹੜੀ ਸਮੈਲ ਉਹ ਦੂਰ ਹੋ ਜਾਵੇ ਤੇ ਚਿਕਨ ਦਾ ਕੱਚਾਪਨ ਜਿਹੜਾ ਉਹ ਵੀ ਖਤਮ ਹੋ ਜਾਵੇ ਚਿਕਨ ਸਾ ਇਤਨਾ ਪੁਜੇਆ ਹੋਏ ਦਾ ਫਰਾਈ ਹੋਇਆ ਹੋਏ ਦਾ ਤੇ ਜਿਹੜਾ ਪਲਾਉ ਹੋਵੇ ਉਹਦਾ ਜ਼ੈਕਾ ਆਏ ਦਾ ਉਹਦਾ ਟੇਸਟ ਆਏ ਦਾ ਨਿਤ ਖਾ ਲੈਂਗਾ ਵਿੱਚੋਂ ਫੇ ਸਮੈਲ ਆਂਦੀ ਏ ਚਿਕਨ ਦੀ ਤੇ ਅਸੀਂ ਜਿਹੜਾ ਚਿਕਨ ਨੂੰ 8 ਤੋਂ 10 ਮਿੰਟ ਲਾ ਕੇ ਤੇ ਅਸੀਂ ਨੂੰ ਸਹੀ ਤਰ੍ਹਾਂ ਪੁੰਨਾ ਦੇ ਇਹਦੇ ਵਿੱਚ ਇੱਕ ਆਲੂ ਵੇ ਉਹਦੇ ਅਸੀਂ ਤਿੰਨ ਤੋਂ ਚਾਰ ਪੀਸ ਕਰ ਲਏ ਨੇ ਕਰਕੇ ਅਸੀਂ ਇਹ ਵੀ ਪਾ ਦੇਵਾਂ ਦੇ ਆਲੂ ਅਸਾਂ ਵਿੱਚ ਪਾਣਾ ਨਹੀਂ ਸੀ ਆ ਬਾਕੀ ਸਾਡੇ ਕੋਲ ਪਿਆ ਸੀ ਇਹ ਅਸੀਂ ਇਸ ਤੋਂ ਵਿੱਚ ਪਾ ਲਿਆ ਕਿ ਇਹ ਇਕੱਲਾ ਹੀ ਰਹਿ ਗਿਆ ਸੀ ਜ਼ਲੀਲ ਨਾ ਹੁੰਦਾ ਤੇ ਅਸੀਂ ਇਸ ਤੋਂ ਵਿੱਚ ਪਾ ਲਿਆ ਆਲੂ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਵਿੱਚ ਪਾਣਾ ਹੋਏ ਤਾਂ ਤੁਸੀਂ ਪਾ ਸਕਦੇ ਹੋ ਨਾ ਪਾਣਾ ਹੈ ਤਾਂ ਨਾ ਪਾਓ ਜਿੰਨੀ ਦੇ ਚਿਕਨ ਸਾਡਾ ਪੁੱਜਦਾ ਹੈ ਤੇ ਸਾਡੇ ਕੋਲ ਦੋ ਟਮਾਟਰ ਨੇ ਤੇ ਤਿੰਨ ਤੋਂ ਤੋਂ ਚਾਰ ਸਬਜ਼ ਮਰਚਾਂ ਨੇ ਇਹਨਾਂ ਦੀ ਅਸੀਂ ਕੋਲ ਕਟਿੰਗ ਕਰ ਲਈ ਨੇ ਆ ਟਮਾਟਰ ਦੀ ਅਸੀਂ ਕਟਿੰਗ ਕਰ ਲਈ ਐ ਤੇ ਅਸੀਂ ਸਬਜ਼ ਮਰਚਾਂ ਨੇ ਸਬਜ਼ ਮਰਚਾਂ ਦੀ ਵੀ ਅਸੀਂ ਬਾਰੀਕ-ਬਾਰੀਕ ਕਟਿੰਗ ਕਰ ਲੈਣੀ ਆ ਸਬਜ਼ ਮਰਚਾਂ ਤੁਸੀਂ ਆਪਣੀ ਮਰਜ਼ੀ ਨਾਲ ਜ਼ਿਆਦਾ ਕੱਟ ਜਿਹੜੀਆਂ ਨੇ ਤੁਸੀਂ ਕਰ ਸਕਦੇ ਹੋ ਅਸੀਂ 3 ਤੋਂ 4 ਸਬਜ਼ ਮਰਚਾਂ ਨੇ ਅਸੀਂ ਉਹ ਪਾਵਾਂਦੇ ਤੇ ਤੁਸੀਂ ਜੇ ਕੱਟ ਪਾਣੀਆਂ ਆਂ ਤਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੱਟ ਵੀ ਇਸਤੇਮਾਲ ਕਰ ਸਕਦੇ ਹੋ ਚਿਕਨ ਸਾਡਾ ਭੁੱਜ ਗਿਆ ਤੇ ਇਹਦੇ ਵਿੱਚ ਅਸੀਂ ਹੁਣ ਪਾਵਾਂਦੇ ਟਮਾਟਰ ਟਮਾਟਰ ਪਾਵਾਂਦੇ ਤੇ ਸਬਜ਼ ਮਿਰਚਾਂ ਅਸੀਂ ਪਾਵਾਂਦੇ ਪਾ ਕੇ ਤੇ ਅਸੀਂ ਇਹਨਾਂ ਨੂੰ ਪੁੰਨਾਂਦੇ ਜਿੰਨੀ ਦੇ ਤੱਕ ਟਮਾਟਰ ਸਾਡੇ ਨਹੀਂ ਗਲਦੇ ਜਿਹੜਾ ਮਸਾਲਾ ਅਸੀਂ ਕੋਰ ਰੱਖਿਆ ਸੀ ਇਹ ਕੁੱਟ ਕੇ ਅਸੀਂ ਇਹਦੇ ਵਿੱਚ ਵੀ ਦਰਦਰਾ ਜਾ ਵੇਖ ਸਕਦੇ ਹੋ ਸਾ ਮਸਾਲੇ ਨੂੰ ਕੁੱਟੇ ਆਵੇ ਇਹਦੇ ਵਿੱਚ ਇੱਕ ਚਮਚ ਭਰ ਕੇ ਅਸੀਂ ਪਾਵਾਂ ਦੇ ਕੁੱਟੀਆਂ ਲਾਲ ਮਿਰਚਾਂ ਦਾ ਤੇ ਇੱਕ ਚਮਚ ਅਸੀਂ ਪਾਵਾਂ ਦੇ ਨਮਕ ਦਾ ਅੱਧਾ ਚਮਚ ਅਸੀਂ ਪਾ ਦੇਵਾਂ ਦੇ ਹਲਦੀ ਪਾਊਡਰ ਦਾ ਤੇ ਇਹਨਾਂ ਮਸਾਲਿਆਂ ਦੀ ਜਿਹੜੀ ਖੁਸ਼ਬੂ ਆਈ ਦੀ ਪੂਰੇ ਮੱਲੇ ਦੇ ਵਿੱਚ ਪਤਾ ਲੱਗੇ ਦਾ ਕੋਈ ਕੋਈ ਚਿਕਨ ਪਲਾਉ ਬਣਾਣ ਦੇ ਆਵੇ ਚਿਕਨ ਸਾੜਾ ਪੁੱਜ ਗਿਆ ਤੇ ਇਹਦੇ ਵਿੱਚ ਅਸੀਂ ਪਾਣੀ ਪਾਵਾਂਦੇ 2 1.5 ਕੌਲ ਸਾਡੇ ਕੋਲ ਚਾਵਲ ਨੇ ਤੇ ਅਸੀਂ 2 ਕੌਲ ਜਿਹੜਾ ਪਾਣੀ ਪਾਵਾਂਦੇ 1 ਕੌਲ ਸਪਾਤਾ ਤੇ ਦੂਸਰਾ ਕੌਲ ਵੀ ਪਾਣੀ ਦਾ ਜਿਹੜਾ ਅਸੀਂ ਪਾ ਦਿੰਨੇ ਆ ਪਾ ਕੇ ਤੇ ਇਹਨੂੰ ਮਿਕਸ ਕਰਕੇ ਤੇ ਇਹਦਾ ਕੜਾਈ ਦਾ ਟਕਨ ਜਿਹੜਾ ਅਸੀਂ ਬੰਦ ਕਰ ਦਿੰਨੇ ਆ ਜਿੰਨੀ ਦੇ ਤੱਕ ਚਾਵਲਾਂ ਨੂੰ ਪਾਣੀ ਨੂੰ ਬਾਲਾ ਨਹੀਂ ਆਉਂਦਾ ਪਾਣੀ ਨੂੰ ਬਾਲਾ ਆਉਂਦਾ ਹੈ ਤੇ ਫਿਰ ਅਸੀਂ ਵਿੱਚ ਚਾਵਲ ਪਾਣੇ ਆ ਵੇਖ ਸਕਦੇ ਹੋ ਪਾਣੀ ਨੂੰ ਉਬਾਲਾ ਆ ਗਿਆ ਤੇ ਜਿਹੜੇ ਚਾਵਲ ਨੇ ਅਸੀਂ ਤਕਰੀਬਨ ਅੱਧਾ ਘੰਟਾ ਹੋ ਗਿਆ ਅਸਾਂ ਕੋਲ ਇਹਨਾਂ ਨੂੰ ਭਿਉਮ ਕੇ ਰੱਖਿਆ ਸੀ ਤੇ ਚਾਵਲ ਪਾ ਕੇ ਤੇ ਤੁਸੀਂ ਨਮਕ ਜਿਹੜਾ ਹੈ ਚੈੱਕ ਕਰ ਲੈਣਾ ਨਮਕ ਤੁਹਾਡਾ ਪੂਰਾ ਹੈ ਜਾਂ ਘਾਟੇ ਜੇ ਘਟ ਹੋਏ ਦਾ ਤੇ ਹੁਣ ਤੇ ਪਾਜੇ ਦਾ ਤੇ ਸਬਜ਼ ਮਰਚਾਂ ਨੇ ਚਾਰ ਅਸੀਂ ਵਿੱਚ ਉਹ ਵੀ ਪਾ ਦਿੰਨੇ ਆ ਪਾ ਕੇ ਤੇ ਇਹਦਾ ਟਕਨ ਜਿਹੜਾ ਅਸੀਂ ਬੰਦ ਕਰਦੇ ਨੇ ਆ ਚਾਵਲਾਂ ਨੂੰ ਮਾਸ਼ਾਅੱਲਾ ਬਾਲਾ ਆ ਗਿਆ ਤੇ ਅਸੀਂ ਇਹਨਾਂ ਨੂੰ ਹਲਕੇ ਜਿਹੇ ਹੱਥ ਦੇ ਨਾਲ ਮਿਕਸ ਕਰਨੇ ਆ ਤੇ ਸਾਡੇ ਤਰੀਕੇ ਦੇ ਨਾਲ ਤੁਸੀਂ ਚਿਕਨ ਬਲਾਉ ਬਣਾ ਕੇ ਵੇਖਿਆ ਜੇ ਮਾਸ਼ਾਅੱਲਾ ਸਾਰੇ ਘਰ ਦੇ ਵਿੱਚ ਖੁਸ਼ਬੂਆਂ ਹੀ ਖੁਸ਼ਬੂਆਂ ਨੇ ਤੇ ਚਾਵਲ ਜਿਹੜੇ ਨੇ ਸਾਡੇ ਧਮ ਵਾਸਤੇ ਤਿਆਰ ਨੇ ਅਸੀਂ ਹਲਕੇ ਜਿਹੇ ਹੱਥ ਦੇ ਨਾਲ ਪੋਲੇ-ਪੋਲੇ ਅਸੀਂ ਇਹਨਾਂ ਨੂੰ ਮਿਕਸ ਕਰਨੇ ਆ ਮਿਕਸ ਕਰਕੇ ਤੇ ਇਹਨੂੰ 15 ਮਿੰਟ ਵਾਸਤੇ ਅਸੀਂ ਜਿਹੜਾ ਧਮ ਲਾਣੇ ਆ ਇਹਦਾ ਟੱਕਣ ਅਸੀਂ ਬੰਦ ਕਰਨੇ ਆ 5 ਮਿੰਟ ਚੁੱਲਾ ਜਿਹੜਾ ਤੇਜ਼ ਕਰਾਂਦੇ ਤੇ 10 ਮਿੰਟ ਵਾਸਤੇ ਅਸੀਂ ਚੁੱਲਾ ਘੱਟ ਕਰਕੇ ਅਸੀਂ ਇਹਨਾਂ ਨੂੰ ਤਕਰੀਬਨ 15 ਮਿੰਟ ਵਾਸਤੇ ਧਮ ਲਾਣੇ ਆ ਚਾਵਲ ਮਾਸ਼ਾਅੱਲਾ ਸਾਡੇ ਪੱਕ ਗਏ ਨੇ ਵੇਖ ਸਕਦੇ ਹੋ ਖਿਲਾ ਖਿਲੇ ਧਾਣੇ ਨੇ ਤੇ ਖਿਲੇ ਖਿਲੇ ਚਾਵਲ ਨੇ ਚਿਕਨ ਬਲੋਜ਼ ਜਿਹੜਾ ਸਾਡਾ ਬਣ ਗਿਆ ਬਨ ਕੇ ਤਿਆਰ ਹੋ ਗਿਆ ਤੇ ਅਸੀਂ ਇਹਨਾਂ ਨੂੰ ਮਿਕਸ ਕਰਨੇ ਆ ਚਿਕਨ ਪਲਾਉ ਅਸਾਂ ਬਣਾ ਲਿਆ ਤੇ ਬਣਾ ਕੇ ਸੰਤਿਆਰ ਕਰ ਲਿਆ ਤੇ ਵੇਖ ਸਕਦੇ ਹੋ ਕਲਾ ਕਲਾ ਧਾਣੇ ਤੇ ਖਿਲਿਆ ਖਿਲਿਆ ਚਿਕਨ ਪਲਾਉ ਵੇ ਤੇ ਬੜੀ ਸੁਣੀ ਖੁਸ਼ਬੋ ਵੇ ਬੜਾ ਜ਼ੈਕੇਦਾਰ ਹੈ ਤੇ ਤੁਸੀਂ ਬਣਾਓ ਤੇ ਟਰਾਈ ਕਰੋ ਤੇ ਜੇ ਸਾਡੀ ਰੈਸਪੀ ਤੁਹਾਨੂੰ ਪਸੰਦ ਆਏ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਤੁਹਾਡੇ ਗੇ ਰਿਕੁਐਸਟ ਹੈ ਕਿ ਜਿਹੜੇ ਸਾਡੇ ਚੈਨਲ ਤੇ ਸਾਡੇ ਨਵੇਂ ਭੰਪਰਾਉਣ ਆਉਣ ਵਾਲੇ ਨੇ ਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਸ਼ੇਅਰ ਕਰਨ ਤੇ ਵੀਡੀਓ ਸਾਡੀ ਪੂਰੀ ਵੇਖਣ ਸਾਨੂੰ ਸਾਡੇ ਕੈਮਰਾਮੈਨ ਨੂੰ ਇਜਾਜ਼ਤ ਦਿਓ